ਨਾਜਾਇਜ਼ ਅਸਲਿਆਂ ਸਣੇ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮੌਕੇ ਤੋਂ 2 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਅਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਉਸ 'ਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ। ਖਬਰ ਗੁਰਦਾਸਪੁਰ ਦੇ ਦੀਨਾਨਗਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਗੁਪਤ ਆਧਾਰ 'ਤੇ ਮਿਲੀ ਸੂਚਨਾ ਦੇ ਤਹਿਤ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਨੂੰ ਪਹਿਲਾਂ ਹੀ ਸੂਚਨਾ ਮਿਲ ਚੁੱਕੀ ਸੀ ਕਿ ਇਲਾਕੇ ਦੇ ਵਿੱਚ ਇੱਕ ਨੌਜਵਾਨ ਨਾਜਾਇਜ਼ ਅਸਲਿਆਂ ਦੀ ਸਪਲਾਈ ਕਰਦਾ ਅਤੇ ਪੁਲਿਸ ਨੇ ਜਗ੍ਹਾ ਜਗ੍ਹਾ 'ਤੇ ਨਾਕੇਬੰਦੀ ਕੀਤੀ ਹੋਈ ਸੀ ਅਤੇ ਜਦ ਇਹ ਨੌਜਵਾਨ ਪੈਦਲ ਚੱਲ ਰਿਹਾ ਸੀ ਤਾਂ ਜਦ ਨਾਕੇ ਦੇ ਕੋਲ ਪਹੁੰਚਿਆ ਤਾਂ ਸ਼ੱਕ ਦੇ ਆਧਾਰ 'ਤੇ ਪੁਲਿਸ ਦੇ ਵੱਲੋਂ ਇਸ ਨੌਜਵਾਨ ਨੂੰ ਰੋਕਿਆ ਗਿਆ ਅਤੇ ਮੌਕੇ 'ਤੇ ਹੀ ਇਹ ਘਬਰਾ ਗਿਆ। ਜਦ ਮੁਲਾਜ਼ਮਾਂ ਨੇ ਸਖਤੀ ਨਾਲ ਥੋੜ੍ਹਾ ਰਵੱਈਆ ਦਿਖਾਇਆ ਤਾਂ ਇਸ ਦੇ ਹੱਥ ਵਿੱਚ ਜੋ ਲਿਫਾਫਾ ਸੀਗਾ ਜੋ ਇਸਨੇ ਨੌਜਵਾਨ ਨੇ ਫੜਿਆ ਹੋਇਆ ਸੀ ਤਾਂ ਉਸ ਵਿੱਚੋਂ ਪੁਲਿਸ ਨੂੰ 2 ਨਾਜਾਇਜ਼ ਪਿਸਟਲ ਬਰਾਮਦ ਹੋਏ। ਇੱਕ ਪਿਸਟਲ 0.30 ਬੋਰ ਦਾ ਸੀ ਅਤੇ ਦੂਸਰਾ ਪਿਸਟਲ 0.32 ਬੋਰ ਦਾ ਸੀ ਅਤੇ ਨਾਲ ਹੀ ਪੁਲਿਸ ਨੂੰ 2 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ। ਹਾਲਾਂਕਿ ਪੁਲਿਸ ਨੂੰ ਪਹਿਲਾਂ ਵੀ ਸੂਚਨਾ ਮਿਲ ਚੁੱਕੀ ਸੀ ਕਿ ਨੌਜਵਾਨ ਨਾਜਾਇਜ਼ ਅਸਲੇ ਰੱਖੀ ਬੈਠਾ ਹੈ ਅਤੇ ਅਗਾਂਹ ਇਸ ਵੱਲੋਂ ਨਾਜਾਇਜ਼ ਅਸਲੇ ਸਪਲਾਈ ਵੀ ਕੀਤੇ ਜਾਂਦੇ ਨੇ, ਜਿਸ 'ਤੇ ਐਕਸ਼ਨ ਲੈਂਦੇ ਹੋਏ ਪੁਲਿਸ ਨੇ ਇਸ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਅਤੇ ਇਸ 'ਤੇ ਮਾਮਲਾ ਦਰਜ ਕਰ ਦਿੱਤਾ। ਹਾਲਾਂਕਿ ਪੁਲਿਸ ਨੇ ਦੱਸਿਆ ਹੈ ਕਿ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਵਿਅਕਤੀ ਦੇ ਕੋਲੋਂ ਇਹ ਨਾਜਾਇਜ਼ ਅਸਲੇ ਲਿਆਉਂਦਾ ਸੀ ਅਤੇ ਗਾਂ ਕਿਹਨਾਂ ਤੱਕ ਇਹ ਅਸਲੇ ਪਹੁੰਚਾਏ ਜਾਂਦੇ ਸੀ। ਕੀ ਇਸ ਪਿੱਛੇ ਇਸ ਨੌਜਵਾਨ ਦੀ ਕੋਈ ਵੱਡੀ ਮੰਸ਼ਾ ਤਾਂ ਨਹੀਂ ਸੀ ਜਾਂ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣ ਦਾ ਪਲਾਨ ਤਾਂ ਨਹੀਂ ਸੀ ਬਣਾਈ ਬੈਠਾ? ਇਹ ਸਭ ਹਜੇ ਪੁਲਿਸ ਦੇ ਵੱਲੋਂ ਜਾਂਚ ਦਾ ਵਿਸ਼ਾ ਦੱਸਿਆ ਜਾ ਰਿਹਾ ਅਤੇ ਫਿਲਹਾਲ ਪੁਲਿਸ ਨੇ ਇਸ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਅਤੇ ਉਕਤ ਇਸ ਦੇ ਨਾਲ ਹੋਰ ਕਿਹੜੇ ਲੋਕ ਜੁੜੇ ਨੇ ਉਹਨਾਂ ਬਾਰੇ ਵੀ ਪੁਲਿਸ ਦੇ ਵੱਲੋਂ ਜਾਣਕਾਰੀ ਕਢਵਾਈ ਜਾ ਰਹੀ ਹੈ। ਖਬਰ ਗੁਰਦਾਸਪੁਰ ਦੇ ਦੀਨਾਨਗਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਨੌਜਵਾਨ ਨੂੰ ਨਾਜਾਇਜ਼ ਅਸਲੇ ਦੇ ਸਮੇਤ ਕਾਬੂ ਕੀਤਾ ਗਿਆ ਹੈ। ਹਾਂਜੀ ਸਰ, ਕੀ ਸੀ ਮਾਮਲਾ ਜਿਹੜਾ ਅੱਜ ਇੱਕ ਨੌਜਵਾਨ ਨੂੰ 2 ਪਿਸਟਲ ਨਾਲ ਤੁਸੀਂ ਗ੍ਰਿਫਤਾਰ ਕੀਤਾ? ਇਹ ਮਾਮਲਾ ਇੱਦਾਂ ਹੈ ਜੀ, ਸਾਡੇ ਮਾਨਯੋਗ SSP ਸਾਹਿਬ ਗੁਰਦਾਸਪੁਰ ਸ਼੍ਰੀ ਹਰੀਸ਼ ਦਿਆਮਾ ਜੀ ਦੀਆਂ ਯੋਗ ਦਿਸ਼ਾ ਨਿਰਦੇਸ਼ਾਂ ਦੇ ਹੇਠ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ਼ ਜਿਹੜੀ ਇੱਕ ਮੁਹਿੰਮ ਚਲਾਈ ਹੋਈ ਆ, ਔਰ ਉਸ ਮੁਹਿੰਮ ਦੇ ਤਹਿਤ ਥਾਣਾ ਬਰਾਮਪੁਰ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਆ, ਜਿਸ ਦੇ ਵਿੱਚ ਸਾਡੇ SHO ਬਰਾਮਪੁਰ ਸਰਬਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ AC ਜਗੀਰ ਚੰਦ, ਕਾਊਂਟਰ ਇੰਟੈਲੀਜੈਂਸ ਸਾਡੇ ਗੁਰਦਾਸਪੁਰ ਔਰ ਸਪੈਸ਼ਲ ਬ੍ਰਾਂਚ ਦੀ ਨਾਕਾਬੰਦੀ ਦੇ ਦੌਰਾਨ AC ਜਗੀਰ ਚੰਦ ਨੂੰ ਇੱਕ ਸੀਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਜਿੰਦਰ ਸਿੰਘ ਨਾਮ ਦਾ ਲੜਕਾ ਜੋ ਸਤਾਨੀ ਪਿੰਡ ਦਾ ਰਹਿਣ ਵਾਲਾ, ਉਹਦੇ ਕੋਲ ਨਜਾਇਜ਼ ਵੈਪਨ ਹੈਗੇ ਆ ਔਰ ਉਹ ਨਜਾਇਜ਼ ਵੈਪਨਾਂ ਨੂੰ ਗਾਂ ਫਰਦਰ ਵੇਚਣ ਦਾ ਉਹ ਕੰਮ ਕਰਦਾ ਹੈ, ਔਰ ਜੇਕਰ ਨਾਕਾਬੰਦੀ ਕਰਕੇ ਉਹ ਅਰੈਸਟ ਕੀਤਾ ਜਾਵੇ ਉਹਦੇ ਕੋਲੋਂ ਵੈਪਨਸ ਨਜਾਇਜ਼ ਬਰਾਮਦ ਹੋ ਸਕਦੇ ਆ, ਜਿਸ 'ਤੇ ਕੱਲ੍ਹ ਉਹ T-Point ਜਿਹੜਾ HP ਗੈਸ ਏਜੰਸੀ ਦੇ ਨੇੜੇ ਇਹਨਾਂ ਨੇ ਨਾਕਾਬੰਦੀ ਦੇ ਦੌਰਾਨ ਗੁਰਜਿੰਦਰ ਸਿੰਘ ਨੂੰ ਕਾਬੂ ਕੀਤਾ ਸੀ ਔਰ ਉਹਦੇ ਕਬਜ਼ੇ ਦੇ ਵਿੱਚੋਂ 2 ਵੈਪਨ ਜਿਹੜੇ ਆ ਬਰਾਮਦ ਹੋਏ ਨੇ, ਇੱਕ 0.30 ਬੋਰ ਔਰ ਇੱਕ 0.32 ਬੋਰ, ਜੋ ਕੰਟਰੀ ਮੇਡ ਵੈਪਨ ਨੇ ਔਰ ਪਿਸਟਲ ਨੇ, ਅਤੇ ਜਿਹਨਾਂ ਕੋਲ ਉਹਨਾਂ ਦੇ ਨਾਲ 2 ਰੌਂਗ ਵੀ ਜਿਹੜੇ ਆ 30 ਬੋਰ ਦੇ ਬਰਾਮਦ ਹੋਏ। ਸਰ, ਇੱਥੇ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਨੌਜਵਾਨ 'ਤੇ ਜੀ? ਨਹੀਂ, ਥਾਣੇ ਦੇ ਰਿਕਾਰਡ ਮੁਤਾਬਕ ਕੋਈ ਪਹਿਲਾਂ ਤੋਂ ਮਾਮਲਾ ਦਰਜ ਨਹੀਂ ਹੈ ਔਰ ਇਹਦੀ ਗਾਂ ਫਰਦਰ ਆਪਾਂ ਇੰਟੈਰੋਗੇਸ਼ਨ ਕਰ ਰਹੇ ਹਾਂ ਵੀ ਇਹਦੇ ਸਾਡੇ ਕੋਲ ਅਰੈਸਟ ਹੈ ਔਰ ਇਹਦਾ ਰਿਮਾਂਡ ਲੈ ਕੇ ਫਰਦਰ ਇੰਟੈਰੋਗੇਸ਼ਨ ਕਰਾਂਗੇ ਇਹਦੇ ਵਿੱਚ, ਔਰ ਇਹਦੀ ਬੈਕਗਰਾਊਂਡ ਦਾ ਪਤਾ ਕੀਤਾ ਜਾਏਗਾ ਵੀ ਇਹ ਕਿਉਂ ਵੈਪਨ ਲੈ ਕੇ ਆਇਆ ਸੀ, ਉਹਨੇ ਗਾਂ ਫਰਦਰ ਕਿਹਨੂੰ ਦੇਣੇ ਸੀ ਜਾਂ ਇਹਦੇ ਨਾਲ ਕੋਈ ਵਾਰਦਾਤ ਕਰਨੀ ਸੀ, ਅਦਰਵਾਈਜ਼ ਇਹ ਕਿਹਦੇ ਕੋਲੋਂ ਲੈ ਕੇ ਆਇਆ ਉਹਨੂੰ ਵੀ ਅਸੀਂ ਇਹਦੀ ਪੁੱਛਗਿੱਛ ਦੌਰਾਨ ਪਤਾ ਕਰ ਰਹੇ ਹਾਂ ਔਰ ਉਹਨੂੰ ਵੀ ਇਸ ਮੁਕਦਮੇ ਵਿੱਚ ਨਾਮ ਦੇ ਕਰਾਂਗੇ। ਧੰਨਵਾਦ ਜੀ।